ਉਹਦੇ ਵਾਸਤੇ ਮਾਜ਼ਰਤ ਖਾਂ ਹੈ ਲੇਕਿਨ ਤੁਸੀਂ ਸਾਰੇ ਹੀ ਬਹੁਤ ਕਮਾਲ ਨੇ ਔਰ ਬਹੁਤ ਹੀ ਅੱਛੇ ਨੇ ਜਿਵੇਂ ਸਲਾਮਤ ਸਾਹਿਬ ਵੀ ਸਾਰੇ ਪਹਿਲੇ ਸਭ ਤੋਂ ਲੈ ਕੇ ਆਖਿਰ ਤੱਕ ਸਾਰੇ ਹੀ ਬਹੁਤ ਕਮਾਲ ਹੈ ਬਹੁਤ ਅੱਛਾ ਅਤੇ ਸਾਰੇ ਜਿਹੜੇ ਜਿਹੜੇ ਹਜ਼ਰਾਤ ਤੁਸੀਂ ਸਾਰੇ ਉਸ 'ਤੇ ਤਸ਼ਰੀਫ ਲਿਆਏ ਸਾਰਿਆਂ ਨੂੰ ਸਾਰਿਆਂ ਦਾ ਸ਼ੁਕਰੀਆ ਤੁਸੀਂ ਸਾਹਿਬ ਦੇ ਉਸ ਦੇ ਵਿੱਚ ਸ਼ਿਰਕਤ ਕੀਤੀ ਅਤੇ ਸ਼ਾਮਿਲ ਹੋਏ ਤੁਹਾਡੀ ਵੀ ਬਿਹਤਰੀ ਸਾਡੀ ਵੀ ਬਿਹਤਰੀ ਅਤੇ ਅੱਲਾਹ ਤਾਲਾ ਸਾਰੀਆਂ ਆਸਾਨੀਆਂ ਕਰੇ ਆਪਣਾ ਸਾਰਿਆਂ ਵਾਸਤੇ ਸਾਰਿਆਂ ਦੀ ਮੁਸ਼ਕਲਾਂ ਨੂੰ ਆਸਾਨ ਕਰੇ ਅਤੇ ਬਾਕੀ ਕੁਛ ਲੋਕ ਸੌਂ ਗਏ ਖਾਸ ਤੌਰ 'ਤੇ ਉਹ ਲੋਕ ਜਿੰਨਾ ਸ਼ਾਮ ਤੋਂ ਸ਼ੁਰੂ ਹੋਤੇ ਅਤੇ ਸੁਬਹ ਸ਼ਾਮ 5 ਵਜੇ ਸ਼ੁਰੂ ਹੋਤੇ ਹੁਣ ਸੁਬਹ ਦੇ 5-6 ਵਜੇ ਤੱਕ ਜਿੰਨਾ ਇੱਥੇ ਬੈਠੇ ਜਾਂ ਜਿੰਨਾ ਸਾਥ ਦਿੱਤਾ ਪੂਰੀ ਮਹਿਫਲ ਦਾ ਉਹਨਾਂ ਨੂੰ ਮਜ਼ੀਦ ਡਬਲ ਸਲਾਮ ਹੈ ਅਤੇ ਉਹਨਾਂ ਦਾ ਸ਼ੁਕਰੀਆ ਅਤੇ ਜਿਹੜੇ ਅਜੇ ਆਉਂਦੇ ਪੈਣ ਦੇ ਕੰਮ ਸ਼ੁਰੂ ਕਰ ਲੈ ਉਹਨਾਂ ਦਾ ਸੋ ਕਮਾਲ ਥੋੜਾ ਜਿਹਾ ਕਰ ਦਿੰਦੇ ਕੁਝ ਅਜੇ ਜਿਹਨਾਂ ਨੂੰ ਉਠਾਉਂਦੇ ਆ ਸੀ ਉਹ ਘਬਰਦੇ ਆ ਵੀ ਸਾਨੂੰ ਅਜੇ ਹੀ ਪਹਿਲੇ ਕਿਉਂ ਉਠਾਉਂਦੇ ਪਏ ਨੇ ਹੋਰ ਪਾਣ ਦਿਓ ਅਜੇ ਲਾਜ਼ਾ ਹੋਰ ਚੱਲਣ ਦਿਓ ਬਹਿਰਹਾਲ ਅੱਜ ਸਰਕਾਰ ਦੀ ਮਹਿਫਲ ਦੇ ਸਦਕੇ ਹਜ਼ੂਰ ਗੁਲਾਮ ਦਸਤਗੀਰ ਸਰਕਾਰ ਦੀ ਅੱਬੂ ਜੀ ਸਰਕਾਰ ਦੀ ਮਹਿਫਲ ਦੇ ਸਦਕੇ ਆਪਾਂ ਇਹ ਸਿੱਖਾਂ ਕਿ ਸਭ ਤੋਂ ਜ਼ਿਆਦਾ ਅਹਿਮ ਜ਼ਿੰਦਗੀ ਦੇ ਵਿੱਚ ਮਾਮਲਾਤ ਦੇ ਵਿੱਚ ਜਿਹੜੇ ਆਪਣੇ ਜਿਹੜੇ ਰਹਿ ਗਏ ਜਿਹੜੇ ਮੇਰੀ ਨਜ਼ਰ ਦੇ ਵਿੱਚ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਕਮੀ ਹੈ ਆਪਣੇ ਮੁਲਕ ਦੇ ਵਿੱਚ ਉਹ ਜਿਹੜੇ ਆਪਣੀਆਂ ਖਵਾਤੀਨ ਹਨ ਜਿਹੜੀਆਂ ਆਪਣੀਆਂ ਮਾਵਾਂ ਭੈਣਾਂ ਬੱਚੀਆਂ ਇਹਨਾਂ ਦੇ ਹਕੂਕ ਬਹੁਤ ਜ਼ਿਆਦਾ ਦੇ ਆਪਾਂ ਦੇੜੇਦਾਰ ਹੈ ਇਸ ਜਹਾਨ ਵਿੱਚ ਵੀ ਹੈ ਅਤੇ ਇਸੇ ਵਜ੍ਹਾ ਤੋਂ ਆਪਾਂ ਇਸ ਜਹਾਨ ਦੇ ਵਿੱਚ ਸੁਰਖਰੂ ਨਹੀਂ ਹੋ ਰਹੇ ਅਤੇ ਅਗਲੇ ਜਹਾਨ ਵੀ ਲਵਾਈ ਕੋਈ ਨਹੀਂ ਜੇ ਇਹਨਾਂ ਦਾ ਦੇਣਾ ਆਪਾਂ ਨਾ ਦਿੱਤਾ ਤਾਂ ਅਤੇ ਇਹਨਾਂ ਦਾ ਲਾਣਾ ਨਾ ਲਾਇਆ ਨਾ ਅਤੇ ਇਹ ਮਾਮਲਾਤ ਹੈਗਾ ਠੀਕ ਨਹੀਂ ਚੱਲਦਾ ਇੱਥੇ ਵੀ ਠੀਕ ਨਹੀਂ ਚੱਲਦਾ ਇੱਥੇ ਤਾਂ ਕਿਹ ਨਹੀਂ ਚੱਲਦੇ ਪਏ ਨਿਗੇ ਹੁੰਦੇ ਪਏ ਮੈਨੂੰ ਤਾਂ ਨਿਗੇ ਹੁੰਦੇ ਨੇ ਹੋਰ ਪਤਾ ਨਹੀਂ ਕਿਹਨਾਂ ਨਹੀਂ ਨਿਗੇ ਹੁੰਦੇ ਲੇਕਿਨ ਇਹ ਸਭ ਤੋਂ ਬੜਾ ਫਰਜ਼ ਜਿਹਦੀ ਆਪਾਂ ਨੂੰ ਪੁੱਛ ਹੋਣੀ ਹੈ ਜਿਹਦੀ ਥੁੜਕ ਵੱਜੀ ਹੋਈ ਹੈ ਸ਼ਿੱਦਤ ਨਾਲ ਤਕਰੀਬਨ ਹਰ ਘਰ ਦੇ ਵਿੱਚ ਹਰ ਘਰ ਦੇ ਵਿੱਚ ਜਿਹੜਾ ਹੈ ਇਹ ਜਿਹੜਾ ਹੱਕ ਜਿਹੜਾ ਗਸਬ ਕੀਤਾ ਹੋਇਆ ਬੰਦਿਆਂ ਤੁਸੀਂ ਅਸੀਂ ਔਰਤਾਂ ਦਾ ਉਹਨੂੰ ਕਿਵੇਂ ਪੂਰਾ ਕਰ ਲਈਏ ਤੇ ਮਾਮਲਾਤ ਦੇ ਵਿੱਚ ਬਿਹਤਰੀ ਆਉਣੀ ਸ਼ੁਰੂ ਹੋ ਜਾਸੀ ਬਲਕਿ ਯਕੀਨਨ ਹੋ ਜਾਸੀ ਮੇਰੇ ਖਿਆਲ ਦੇ ਵਿੱਚ ਕਾਫੀ ਕਮੀਆਂ ਆਪਣੇ ਮੁਆਸ਼ਰੇ ਦੇ ਵਿੱਚ ਇਖਲਾਕ ਦੇ ਵਿੱਚ ਸਮਝ ਦੇ ਵਿੱਚ ਲੇਕਿਨ ਔਰਤਾਂ ਦੇ ਮਾਮਲੇ ਤੇ ਆਪਾਂ ਜਿਵੇਂ ਆਉਂਦੇ ਨਾ ਵੀ ਬੰਦਾ ਇਹ ਦੇਣੇਦਾਰ ਹੈ ਆਪਾਂ ਇਸ ਜਹਾਨ ਵੀ ਤੇ ਅਗਲੇ ਜਹਾਨ ਵੀ ਦੇਣੇਦਾਰ ਹੈ ਉਹਨਾਂ ਦੀ ਜਾਇਦਾਦ ਦੇ ਮਾਮਲੇ 'ਚ ਉਹਨਾਂ ਦੇ ਨਾਲ ਇਖਲਾਕ ਦੇ ਮਾਮਲੇ 'ਚ ਉਹਨਾਂ ਦੇ ਨਾਲ ਮੁਹੱਬਤ ਦੇ ਮਾਮਲੇ 'ਚ ਇਹਦੇ ਤੁਸੀਂ ਆਪਦੇ ਮਾਮਲਾਤ ਨੂੰ ਦਰੁਸਤ ਕਰੋ ਤੇ ਅਗਲਿਆਂ ਨੂੰ ਵੀ ਦਰੁਸਤ ਕਰਾਉਣ ਦੀ ਕੋਸ਼ਿਸ਼ ਕਰੋ ਤੇ ਇਵੇਂ ਹੀ ਵਾਲਦੈਨ ਦਾ ਮਾਮਲਾ ਤੇ ਇਵੇਂ ਹੀ ਇਮਾਨਦਾਰੀ ਦਾ ਮਾਮਲਾ ਉਹਨਾਂ ਦੇ ਵਿੱਚ ਵੀ ਇਵੇਂ ਆਪਾਂ ਕਾਫੀ ਕਮੀਆਂ ਤੇ ਕੁਤਾਹੀਆਂ ਤੇ ਜਿਵੇਂ ਜਿਹੜੇ ਬੰਦੇ ਆਉਂਦੇ ਨਾ ਵੀ ਆਹ ਬੰਦਾ ਫਲਾਣੇ ਬੰਦੇ ਦੀ ਫਲਾਣੇ ਨਾਲ ਚੰਗਿਆਈ ਆਈ ਤੇ ਇਸ ਚੰਗਿਆਈ ਦਾ ਬਦਲਾ ਚੰਗਿਆਈ ਨਾਲ ਨਹੀਂ ਦਿੱਤਾ ਉਹਦੇ ਇਹਸਾਨ ਦਾ ਬਦਲਾ ਸਹੀ ਨਹੀਂ ਚੁਕਾਇਆ ਤੇ ਇਹਦਾ ਚੰਗਾ ਕਿਵੇਂ ਹੋ ਸਕਦਾ ਹੈ ਆਪਣੇ ਆਮ ਬੰਦੇ ਇਸ ਤਰ੍ਹਾਂ ਦੀ ਮਿਸਾਲ ਦਿੰਦੇ ਨੇ ਕਿ ਇਹ ਮੀਆਂ ਇਸ ਫਲਾਣੇ ਨਾਲ ਇਹ ਕੀਤਾ ਹਾਂ ਇਹਦੇ ਨਾਲ ਚੰਗਿਆਈ ਕਿਵੇਂ ਹੋ ਸਕਦੀ ਹੈ ਤੇ ਜਿਹੜਾ ਪਹਿਲਾ ਚੰਗਾ ਜੇ ਕੀਤਾ ਹੋਵੇ ਉਹਦਾ ਇਹਸਾਨ ਲੈਣਾ ਬੰਦੇ ਤੇ ਕਰ ਸਕਦਾ ਤੇ ਜਿਹੜਾ ਤੁਹਾਡੇ ਤੇ ਮੇਰੇ ਤੇ ਆਪਾਂ ਸਾਰਿਆਂ ਤੇ ਇਸ ਨਬੀ ਪਾਕ ਸਰਕਾਰ ਦੀ ਸਾਰੀ ਉਮਤ ਤੇ ਕਰਜ਼ੇ ਉਹ ਨਬੀ ਪਾਕ ਦੇ ਕਲਮੇ ਦਾ ਹੱਕ ਤੇ ਉਸ ਕਰਜ਼ੇ ਦਾ ਲਾਣਾ ਜਿਹੜਾ ਹੈ ਉਹ ਆਪਾਂ ਅਜੇ ਤਾਈਂ ਸਹੀ ਤਰ੍ਹਾਂ ਨਹੀਂ ਲਾਇਆ ਤੇ ਉਹ ਲਾਣਾ ਲਾਂਦਾ ਕਿਵੇਂ ਮੇਰੀ ਸਮਝ ਦੇ ਵਿੱਚ ਮੇਰੀ ਅਕਲ ਦੇ ਵਿੱਚ ਜੇ ਆਪਾਂ ਉਹਨਾਂ ਦੀ ਆਲ ਦੇ ਨਾਲ ਮੁਹੱਬਤ ਕਰੀਏ ਉਹਨਾਂ ਦੀ ਆਲ ਦੇ ਨਾਲ ਪਿਆਰ ਕਰੀਏ ਉਹਨਾਂ ਦੀ ਇੱਜ਼ਤ ਕਰੀਏ ਉਹਨਾਂ ਦਾ ਇਤਰਾਮ ਕਰੀਏ ਤੇ ਉਹਨਾਂ ਦੀ ਨੌਕਰੀ ਕਰੀਏ ਤੇ ਇੱਕ ਸੈਯਦ ਰਜ਼ਾਦੇ ਨੂੰ ਰਜਾ ਤੇ ਰਾਜ਼ੀ ਕਰ ਲਈਏ ਇਹ ਹਰ ਸ਼ਖਸ ਤੇ ਮੇਰੀ ਸਮਝ ਦੇ ਹਿਸਾਬ ਨਾਲ ਮੈਂ ਅਗਰ ਕੋਈ ਗਲਤੀ ਕੋਤਾਹੀ ਹੋਵੇ ਤੇ ਮੈਂ ਮਾਫੀ ਚਾਹੁੰਦਾ ਤੁਹਾਨੂੰ ਕਿਸੇ ਨੂੰ ਚੰਗੀ ਨਾ ਲੱਗੇ ਮੈਨੂੰ ਛੱਡ ਦੇ ਇਹਦੇ 'ਚ ਮੈਨੂੰ ਕੱਢ ਦੇ ਤੇ ਜਿੰਨੇ ਵੀ ਕੋਈ ਹੋਰ ਜਿਹੜੇ ਸਾਦਾਤ ਇਕਰਾਮ ਹੈ ਕਿਸੇ ਇੱਕ ਸੈਯਦ ਜ਼ਾਦੇ ਨੂੰ ਔਰ ਖਾਸ ਤੌਰ ਤੇ ਗਰੀਬ ਔਰ ਖਾਸ ਤੌਰ ਤੇ ਕਮਜ਼ੋਰ ਤੇ ਖਾਸ ਤੌਰ ਤੇ ਉਹਨਾਂ ਦੇ ਵਿੱਚੋਂ ਵੀ ਗਰੀਬਾਂ ਤੇ ਕਮਜ਼ੋਰਾਂ ਦੇ ਵਿੱਚੋਂ ਵੀ ਐਸਾ ਸੈਯਦਾਂ ਦਾ ਘਰ ਜਿੱਥੇ ਬੰਦਾ ਕੋਈ ਕਮਾਉਣ ਵਾਲਾ ਨਾ ਹੋਵੇ ਕੋਈ ਵਾਲਿਦ ਨਾ ਹੋਵੇ ਜਾਂ ਬਾਈ ਨਾ ਹੋਵੇ ਸਿਰਫ ਬੱਚੀਆਂ ਹੋਵੇ ਖਵਾਤੀਨ ਹੋਵੇ ਉਹਨਾਂ ਦੀ ਕੋਈ ਅੱਛੇ ਤਰੀਕੇ ਦੇ ਨਾਲ ਕੋਈ ਅਗਰ ਤੁਸੀਂ ਨੌਕਰੀ ਕਰਨ 'ਚ ਕਾਮਯਾਬ ਹੋ ਗਏ ਤੇ ਮੈਨੂੰ ਇਹ 100% ਤਸੱਲੀ ਹੈ ਕਿ ਅੱਲਾ ਦਾ ਰਸੂਲ ਤੁਹਾਡੇ ਤੇ ਮਿਹਰਬਾਨ ਹੋ ਜਾਵੇ ਤੇ ਇਸ ਵਾਸਤੇ ਇਹ ਜੋ ਮੇਰਾ ਛੋਟਾ ਜਿਹਾ ਇੱਕ ਨੁਕਤਾ ਸਮਝ 'ਚ ਆਇਆ ਮੈਂ ਉਹ ਸਾਰੀ ਗੱਲ ਨੂੰ ਜਿਹੜੀ ਅੱਗੇ ਨਿਮਾਸ਼ਾਂ ਵਾਲੀ ਆਈ ਜਾਂ ਰਾਤ ਵਾਲੀ ਆਈ ਉਹਨੂੰ ਰਿਪੀਟ ਕਰਕੇ ਦੁਬਾਰਾ ਯਾਦ ਦਹਾਨੀ ਕਰਾਉਣ ਦੀ ਕੋਸ਼ਿਸ਼ ਕੀਤੀ ਅੱਲਾ ਤੁਹਾਡੇ
ਤੁਹਾਡੀ ਤੇ ਸਾਡੀ ਸਾਰਿਆਂ ਦੀ ਸਰਕਾਰ ਦੀਵਾਨ ਗੁਲਾਮ ਦਸਤਗੀਰ ਦੇ ਆਪਣੇ ਇੱਕ ਬਰਗਜ਼ੀਦਾ ਬੰਦੇ ਦੀ ਆਪਣੇ ਇੱਕ ਪਸੰਦੀਦਾ ਸ਼ਖਸ ਦੀ ਆਪਣੇ ਇੱਕ ਵਲੀਏ ਕਾਮਿਲ ਦੀ ਹਾਜ਼ਰੀ ਦੇ ਵਿੱਚ ਆਪਣਾ ਸਾਰਿਆਂ ਦਾ ਹਾਜ਼ਰ ਹੋਣਾ ਕਬੂਲ ਕਰੇ ਤੇ ਆਪਨੇ ਕੋ ਅਗਰ ਕੋਈ ਖਤਾ ਹੋਈ ਹੈ ਤਾਂ ਆਪਾਂ ਨੂੰ ਮਾਫੀ ਦੇਵੇ ਆਪਣੀ ਸਮਝ ਖੋਲੇ ਆਪਣੇ ਦਿਮਾਗ ਖੋਲੇ ਆਪਣੇ ਦਿਲ ਖੋਲੇ ਆਪਣੇ ਦਿਲ ਖੁੱਲਣ ਦਿਮਾਗ ਖੁੱਲਣ ਬਲਕਿ ਪੂਰੀ ਕੌਮ ਦੇ ਖੁੱਲਣ ਪੂਰੇ ਮੁਲਕ ਦੇ ਖੁੱਲਣ ਤੇ ਹਰ ਕਿਸੇ ਨੂੰ ਸਮਝ ਆਵੇ ਤੇ ਚੀਜ਼ਾਂ ਬਿਹਤਰ ਹੋਵੇ ਤੇ ਮੁਲਕ ਬਿਹਤਰ ਹੋਵੇ ਤੇ ਪਹਿਲੀ ਗੱਲ ਸਮਝਣ ਵਾਲੀ ਬਾਰ ਬਾਰ ਹੋਈ ਗੱਲ ਹੈ ਕਿ ਜਿਹੜੀ ਔਰਤਾਂ ਹਨ ਔਰਤਾਂ ਦੇ ਹਕੂਕ ਦਾ ਖਿਆਲ ਕਰੋ ਆਦੇ ਆਦੇ ਘਰ ਦੀਆਂ ਔਰਤਾਂ ਦੇ ਹਕੂਕ ਦਾ ਖਿਆਲ ਕਰੋ ਤੁਸੀਂ ਉਹਨਾਂ ਨਾਲ ਜਿੱਤਾ ਚੰਗਾ ਕਰ ਸਕੋ ਅੱਲਾਹ ਤਾਲਾ ਰਸੂਲ ਤੁਹਾਡਾ ਉਤਨਾ ਰਾਜ਼ੀ ਹੋ ਸਕੇ ਔਰ ਤੁਹਾਡੇ ਮਾਮਲਾਤ ਦੇ ਵਿੱਚ ਵੀ ਤੁਸੀਂ ਇਨਸ਼ਾਅੱਲਾ ਤਾਲਾ ਬਿਹਤਰੀ ਹੁੰਦੇ ਦੇਖ ਸਕੋ ਔਰ ਉਹਦੇ ਵਿੱਚ ਚੰਗਾ ਕਰਨ ਸਾਰਾ ਤੋਂ ਜਿਹੜਾ ਔਖਾ ਚੰਗਾ ਹੈ ਜਿਹਦੀ ਤਕਲੀਫ ਹੁੰਦੀ ਹੈ ਜਿਹਦੀ ਦਰਦ ਹੁੰਦਾ ਹੈ ਮੈਨੂੰ ਇਹ ਲੱਗਦਾ ਮੈਂ ਅਗਲੇ ਟੀਕਾ ਲਾਇਆ ਅੱਜ ਉਹ ਇਹ ਜਿਸਲ ਮੈਂ ਨਾ ਵੀ ਉਹਨਾਂ ਦੀ ਜਾਇਦਾਦ ਉਹਨਾਂ ਨੂੰ ਦਿਓ ਕੁਰਾਨ ਮਜੀਦ 'ਚ ਇਹ ਆਂਦਾ ਹੈ ਬਈ ਨਮਾਜ਼ ਪੜ੍ਹੋ ਕੁਰਾਨ ਮਜੀਦ ਇਹ ਆਂਦਾ ਹੈ ਵੀ ਰੋਜ਼ਾ ਰੱਖੋ ਕੁਰਾਨ ਮਜੀਦ ਇਹ ਆਂਦਾ ਹੈ ਹੱਜ ਤੇ ਜਾਓ ਤਾਂ ਕੁਰਾਨ ਮਜੀਦ ਇਹ ਵੀ ਆਂਦਾ ਹੈ ਵੀ ਦੀਆਂ ਬੈਣਾਂ ਦਾ ਹੱਕ ਵੀ ਦਿਓ ਇਹ ਤਾਂ ਕੋਈ ਨਹੀਂ ਦੱਸਦਾ ਨਾ ਕੋਈ ਆਲਮ ਦੱਸਦਾ ਹੈ ਨਾ ਕੋਈ ਪੀਰ ਦੱਸਦਾ ਹੈ ਨਾ ਕੋਈ ਕਿਉਂਕਿ ਉਹਨਾਂ ਆਪ ਕੋਈ ਨਹੀਂ ਦਿੱਤਾ ਹੋਇਆ ਹੁੰਦਾ ਉਹ ਆਪ ਸਾਰੇ ਖਾਦੀ ਬੈਠੇ ਉਹ ਕਿਵੇਂ ਦੱਸੇ ਲੇਕਿਨ ਇਹ ਹੱਕ ਤੇ ਜਿੰਦਾ ਜਿਹੜਾ ਹੱਕ ਖਾਦਾ ਹੋਇਆ ਜਿਹੜਾ ਬੰਦੇ ਦਾ ਉਹਦੀ ਬੇਇੱਜ਼ਤੀ ਨਹੀਂ ਆ ਸਕਦੀ ਤੇ ਆਪਣੇ ਹਰ ਘਰ 'ਚ ਖਰੀਦਿਆ ਹੋਇਆ ਤਾਂ ਪਰ ਮੇਰੀ ਨਜ਼ਰ ਦੇ ਵਿੱਚ ਇਹ ਮੁਲਕ ਦੀ ਇਹ ਹਾਲਤ ਹੈ ਇਸ ਕੌਮ ਦੀ ਇਹ ਹਾਲਤ ਹੈ ਔਰ ਇਹਦੇ 'ਚ ਬੇਇੱਜ਼ਤੀ ਦੀ ਤਵੱਕੋ ਉਨੀ ਦੇਰ ਨਹੀਂ ਜਿੰਨੀ ਦੇਰ ਪਹਿਲੇ ਇਹ ਮਾਮਲਾ ਦਰੁਸਤ ਨਾ ਕਰ ਸਕਦੇ ਜਿਹੜਾ ਆਪਾਂ ਖਾਦਾ ਹੋਇਆ ਕਿਸੇ ਦਾ ਦੇਣਾ ਹੈ ਕਿਸੇ ਦਾ ਲਾਣਾ ਆਪਣੇ ਤੇ ਕਰਜ਼ੇ ਆਪਣੀਆਂ ਨਸਲਾਂ ਦੇ ਕਰਜ਼ੇ ਪਿਛਲੀਆਂ ਨਸਲਾਂ ਦੇ ਕਰਜ਼ੇ ਹੋਰ 10-15 ਨਸਲਾਂ ਤੋਂ ਜਿੱਥੇ ਜਿਹੜਾ ਮੈਂ ਸੁਣਨਾ ਆਏ ਆਪਣੇ ਇਲਾਕਿਆਂ ਦੇ ਵਿੱਚ ਤਾਂ ਔਰਤਾਂ ਦੇ ਹਕੂਕ ਗਸਬ ਹੀ ਹੋ ਰਹੇ ਨੇ ਜਿਹੜੇ ਅਹਿਕਾਮਾਤ ਨੇ ਅੱਲਾਹ ਦੇ ਰਸੂਲ ਦੇ ਉਹ ਨਹੀਂ ਮੰਨੇ ਜਾ ਰਹੇ ਉਹਨਾਂ ਦੇ ਸਾਰੇ ਮਾਮਲਾਤ ਦੇ ਮਾਮਲੇ 'ਚ ਥੋੜੇ ਘਣੇ ਮੈਂ ਦੱਸਣ ਥੋੜੇ ਘਣੇ ਤੁਸੀਂ ਆਪ ਸੱਜੇ ਖੱਬੇ ਪੁੱਛੋ ਤੁਹਾਨੂੰ ਮਜ਼ੀਦ ਪਤਾ ਲੱਗ ਗਿਆ ਸੀ ਵੈਸੇ ਅਗਲੀ 11ਵੀਂ ਸ਼ਰੀਫ ਤੇ ਮੈਂ ਇਸ ਗੱਲ ਤੇ ਕੋਸ਼ਿਸ਼ ਕਰਦਾ ਬੜੀ ਤਫਸੀਲ ਨਾਲ ਤੁਹਾਡੀ ਖਿਦਮਤ ਚਾਰਜ ਕਰਾਂ ਤੇ ਇਹ ਮੈਂ ਬਾਰ ਬਾਰ ਬਹੁਤ ਜ਼ਿਆਦਾ ਜ਼ੋਰ ਦੇ ਰਹੀ ਹਾਂ ਔਰ ਅਗਾ ਵੀ ਮੈਂ ਜਿਸਲ ਵੀ ਮੇਰੀ ਤਕਰੀਰ ਕਰਾਉਂਦੇ ਹੋ ਸੀ ਮੈਂ ਹੋਰ ਜ਼ਿਆਦਾ ਜ਼ੋਰ ਦੇ ਸਾਂ ਕਿਉਂਕਿ ਮੇਰੀ ਨਜ਼ਰ ਦੇ ਵਿੱਚ ਤੁਹਾਡੇ ਮੁਲਕ ਦੀ ਤੁਹਾਡੇ ਦੀਨ ਦੀ ਜਿਹੜੀ ਇਹ ਹਾਲਤ ਹੋਈ ਏ ਇੱਕ ਤਾਂ ਤੁਸੀਂ ਸੈਦਾਂ ਦਾ ਲਾਣਾ ਨਹੀਂ ਲਾਇਆ ਹੋਇਆ ਆਪਾਂ ਮੈਂ ਵੀ ਤੁਹਾਡੇ ਵਰਗਾ ਮੈਂ ਉਹਨਾਂ ਸੈਦਾਂ 'ਚ ਨਹੀਂ ਮੈਂ ਤੁਹਾਡੇ ਵਰਗਾ ਉਹ ਨਹੀਂ ਲਾਇਆ ਹੋਇਆ ਇੱਕ ਉਹ ਦੇਣੇਦਾਰ ਹੈ ਇੱਕ ਆਪਾਂ ਔਰਤਾਂ ਦੇ ਜਿਹੜੇ ਹਕੂਕ ਹਨ ਉਹ ਨਹੀਂ ਪੂਰੇ ਕੀਤੇ ਹੋਏ ਉਹ ਦੇਣੇਦਾਰ ਹੈ ਉਹ ਤਾਂ ਔਰਤਾਂ ਦੇ ਜ਼ਿਆਦਾ ਦੇਣੇਦਾਰ ਹੈ ਬਲਕਿ ਇਧਰ ਚਲੋ ਕੋਈ ਨਕਲੀ ਮਕਲੀ ਛੋਟਾ ਮੋਟਾ ਕਲਮਾ ਭਰਨੇ ਆਏ ਜੇ ਜਬ ਅੰਦਰ ਦੇ ਵਿੱਚ ਭਾਵੇਂ ਜਿਵੇਂ ਹੀ ਕੋਈ ਖੋਟ ਛੋਟ ਹਨ ਤੇ ਨਮਾਜ਼ਾਂ ਨਮੂਜ਼ ਹੀ ਪੜ੍ਹ ਲੈਂਦੇ ਹੈ ਰੋਜ਼ ਹੀ ਰੱਖਣੇ ਅੱਜ ਜੀ ਕਾਰਨ ਨੇ ਲੇਕਿਨ ਲਾਣਾ ਲੰਦਾ ਜਿਹੜਾ ਕਰਜ਼ ਹੋਵੇ ਨਾ ਤੇ ਖਾਸ ਤੌਰ ਤੇ ਜਿਸ ਅਗਲਾ ਕਰਜ਼ ਦਾ ਬਦਲਾ ਮੰਗ ਲਵੇ ਤੇ ਮੋੜ ਉਹੀਓ ਦੇਣਾ ਪੈਂਦਾ ਵੀ ਮੈਂ ਮੀਆਂ ਤੇਰੇ ਨਾਲ ਆ ਚੰਗਾ ਕੀਤਾ ਤੇ ਮੈਨੂੰ ਆਏ ਚਾਹੀਦਾ ਇਹਦਾ ਬਦਲਾ ਤੇ ਨਬੀ ਪਾਕ ਸਰਕਾਰ ਦਾ ਚੁੱਕੇ ਫਰਮਾਨ ਹੈ ਕਿ ਮੈਂ ਇਹ ਜਿਹੜਾ ਕੁਝ ਤੁਹਾਨੂੰ ਇਨਾਇਤ ਫਰਮਾਇਆ ਹੈ ਇਹਦੇ ਬਦਲੇ 'ਚ ਮੈਂ ਤੁਹਾਡੇ ਕੋਲ ਦੁਨੀਆ ਦੀ ਕੋਈ ਚੀਜ਼ਾਂ ਤੇ ਅਸਾਇਸ਼ਾ ਨਹੀਂ ਮੰਗਦਾ ਸਿਵਾਏ ਆਦੀ ਆਲ ਦੇ ਨਾਲ ਮੁਹੱਬਤ ਤੇ ਮੋੜ ਸਮਝ ਇੱਥੇ ਆ ਗਈ ਵੀ ਇਹ ਜੇ ਤਾਂ ਜੇ ਲਾਣਾ ਨਾ ਨਾ ਲੱਥਾ ਉਹ ਤਾਂ ਜੇ ਮਾਮਲਾ ਅਗਰ ਟੁਰਨਾ ਨਾ ਤੇ ਇਹ ਲਾਣਾ ਲਾਵਣਾ ਹੈ ਜਿਵੇਂ ਵੀ ਤੁਹਾਡਾ ਆਦੇ ਤੁਸੀਂ ਆਦੀ ਅਕਲ ਨੂੰ ਇਸਤੇਮਾਲ ਕਰੋ ਜਿਵੇਂ ਤੁਹਾਡੇ ਤੋਂ ਲਵੇ ਤੇ ਇਵੇਂ ਔਰਤਾਂ ਦੇ ਜਿਹੜੇ ਆਪ ਤੁਹਾਡੇ ਤੁਸੀਂ ਨਹੀਂ ਰੱਖਾ ਤੇ ਤੁਹਾਡੇ ਵਾਲਿਦ ਰੱਖਾ ਤੁਹਾਡੇ ਵਾਲਿਦ ਨਹੀਂ ਰੱਖਾ ਤੁਹਾਡੇ ਦਾਦੇ ਰੱਖਾ ਤੁਹਾਡੇ ਦਾਦੇ ਨਹੀਂ ਰੱਖਾ ਤੁਹਾਡੇ ਪੜਦਾਦੇ ਰੱਖਾ ਤੇ ਉਹ ਸਿਸਟਮ ਦੇ ਵਿੱਚ ਉਹ ਖਰਾਬੀ ਆ ਰਹੀ ਹੈ ਉਹ ਅਗਰ ਤੁਹਾਡੇ 'ਚ ਆ ਗਈ ਮੇਰੇ 'ਚ ਆ ਗਈ ਅਗਲੀ ਨਸਲ 'ਚ ਆ ਗਈ ਅਗਲੀ ਨਸਲ 'ਚ ਆ ਗਈ ਉਹ ਜਿੱਤ ਚ ਸਿਸਟਮ ਖਾਲਸ ਨਾ ਹੋ ਸੀ ਉਹ ਤਾਂ ਚ ਮੁਲਕ ਕੌਮ ਦੀਨ ਮਾਮਲਾਤ ਬਿਹਤਰ ਨਹੀਂ ਹੋਣਗੇ चलो मजीद आई आख दईए ਵੀ ਕੁਰਾਨ ਜੀ ਦੇ ਜੀ ਮੇਰੇ ਸ਼ਾਹ ਦੇ ਕਿ ਅੱਲਾਹ ਤਾਲਾ ਫਰਮਾਨੇ ਨਬੀ ਪਾਕ ਸਰਕਾਰ ਨੂੰ ਵੀ ਐ ਮੇਰੇ ਮਹਿਬੂਬ ਤੁਸੀਂ ਇਹਨਾਂ ਨੂੰ ਆਖ ਦਿਓ ਤੁਸੀਂ ਇਹਨਾਂ ਨੂੰ ਆਖੋ ਇਹਨਾਂ ਤੋਂ ਮੰਗੋ ਇਹਨਾਂ ਨੂੰ ਆਖੋ ਇਹ ਗੱਲ ਕਿ ਮੈਂ ਤੁਹਾਡੇ ਕੋਲੋਂ ਇਸ ਚੰਗਿਆਈ ਦਾ ਬਦਲਾ ਹੋਰ ਕੁਝ ਵੀ ਨਹੀਂ ਮੰਗਦਾ ਸਿਵਾਏ ਆਪਣੀ ਆਲ ਦੇ ਨਾਲ ਮੁਹੱਬਤ ਦੇ ਤੇ ਉਹ ਮੁੜ ਮੁੜ ਕੇ ਉਹ ਥੁੜਕ ਵੱਜ ਗਈ ਉਹ ਕਿਸੇ ਸਹੀ ਤਰ੍ਹਾਂ ਦੱਸਿਆ ਹੀ ਨਹੀਂ ਹੁੰਦੇ ਹੋਰ ਲੋਕਾਂ ਨੂੰ ਬੜੇ ਆਦੇ ਹਰ ਕਿਸੇ ਨੂੰ ਆਦੇ ਮਸਲੇ ਮਸਾਇਲ ਆਏ ਤੇ ਉਹ ਆਪਣਾ ਹੋਰ ਪਾਸ ਪੈਕ ਤੇ ਝਾੜ ਦਿੱਤਾ ਆਦੀ ਹੱਡੀਆਂ ਚਲਾਉਣ ਵਾਸਤੇ ਅਸਲ ਗੱਲ ਤਾਂ ਥੁੜਕਾ ਦਿੱਤਾ ਤੇ ਬਹਿਰਾ ਉਹ ਤੋਂ ਹੋਏ ਔਰ ਇਹਦਾ ਜਿਹੜਾ ਸਭ ਤੋਂ ਆਲਾ ਤਰੀਨ ਸਬੂਤ ਹੈ ਨਾ ਉਹ ਮੈਨੂੰ ਹੁਣ ਅੱਗੇ ਮੈਂ ਹਦੀਸ ਦਾ ਨੰਬਰ ਵੀ ਯਾਦ ਕੀਤਾ ਹੋਇਆ ਹੁਣ ਵੀ ਮੇਰੇ ਫੋਨ ਦੇ ਵਿੱਚ ਤੇ ਇਹ ਤੇ ਮੁੜ ਵੀ ਤੁਹਾਡੀ ਖਿਦਮਤ ਚਾਰਜ ਕਰਦੇ ਸੀ ਤੇ ਅਗਲੀ 11ਵੀਂ ਸ਼ਰੀਫ ਦੀ ਹੁੰਦਾ ਹਵਾਲਾ ਤੇ ਨੰਬਰ ਤੇ ਉਹ ਪਕਾ ਲਵੇ ਤਾਂ ਬੰਦਾ ਪੂਰੀ ਕਿਤਾਬਾਂ ਪਕਾ ਲਵੇ ਤੇ ਅਮਲ ਨਾ ਕਰਨਾ ਹੋਵੇ ਤਾਂ ਉਹ ਕਿਤਾਬਾਂ ਦਾ ਕੋਈ ਫਾਇਦਾ ਨਹੀਂ ਤੇ ਜੇ ਕਰਨਾ ਹੋਵੇ ਤਾਂ ਜੇ ਇੱਕ ਗੱਲ ਸਮਝ ਆ ਜਾਵੇ ਤੇ ਨਬੀ ਪਾਕ ਦਾ ਸਰਕਾਰ ਦੇ ਸਾਰਾ ਤੋਂ ਘਣੇ ਤੇ ਸਾਰਾ ਤੋਂ ਮੁਖਲਿਸ ਸਾਥੀ ਕੌਣ ਹੈ
कोई तुहानू पता है जिन्ना आप दे नाल सब तो वक्त गुजारा सुभान अल्लाह आप दे सारा तो प्यारे ते सारा तो ज्यादा आप दे नाल वक्त गुजारन वाले और आप दे पहले दिन तो लैके गारे सौरे च भी गारे हिरा च भी सारे वक्तां दे विच आप दे नाल जिहड़ा वक्त गुजारा हर मुश्किल दे विच हर किसी इस्लाम नू चीजां दी लोड़ पई समान दी लोड़ पई माल मताब दी लोड़ पई सारे तो अगा अगा और जिहड़ा सदीक अकबर दा लकब मिला जिहड़ी मेराज शरीफ दी जिहड़ा आप तस्दीक फरमाई ते उसे ते ही आप नू तस्दीक दा लकब अबू बकर सदीक दा लकब मिला ते जिहड़ी सब तो अलग और कमाल दी गल जिहड़ी इस बारे च कि इस ते रावी जिहड़ी हदीस तुहाडी खिदमत चज करदा पियां इहदा रावी कोई होर नहीं सहाबियां दे भी सरदार हजरत अबू बकर सिद्दीक सरदार जेड़े आप दे सब तो प्यारे साथी ते सारा तो आला तरीन जेड़े खलीफा खलीफा तो अव्वल अपने मुसलमानों दे खलीफा अव्वल जेड़े ओ रावी है ते आप सरकार फरमांदे ने कि ओ शख्स जेड़ा ये चाहंदा है कि ओ नबी पाक दी मुहब्बत दा तालब है ते आप दी कुर्बत चाहंदा है ते आप दे करीब होना चाहंदा है ते ओ चाहंदा है कि इहनू नबी पाक दी मुहब्बत लभ जावे ਉਹ ਨਬੀ ਪਾਕ ਦੀ ਮੁਹੱਬਤ ਨੂੰ ਅਹਿਲ ਬੈਤ ਦੀ ਮੁਹੱਬਤ ਵਿੱਚ ਤਲਾਸ਼ ਕਰ ਸੁਭਾਨ ਅੱਲਾਹ ਇਹ ਅਬੂ ਬਕਰ ਸਦੀਕ ਦਾ ਫਰਮਾਨ ਹੈ ਉਹਨਾਂ ਨੂੰ ਵੀ ਉਹ ਤਾਂ ਮੌਕੇ ਤੇ ਆਏ ਨਾ ਤੇ ਰਾਵੀ ਆਏ ਕਿ ਸਾਰਾ ਤੂੰ ਨੇੜੇ ਦੇ ਸੱਜਣ ਹੈ ਤੇ ਜੇ ਉਹਨਾਂ ਇਹ ਗੱਲ ਦੱਸੀਏ ਤਾਂ ਮੋੜ ਇਸ ਗੱਲ ਦੇ ਵਿੱਚ ਕੋਈ ਰਾਜ਼ ਪੋਸ਼ੀਦਾ ਹੈ ਜਿਹੜਾ ਲੱਭਣ ਦੀ ਲੋੜ ਹੈ ਤੇ ਲਬਸੋ ਤਾਂ ਲਬਸੀ ਤੇ ਐਵੇਂ ਤੁਹਾਨੂੰ ਅੱਗੇ ਕਿਸੇ ਦੱਸਿਆ ਹੀ ਨਹੀਂ ਗਣਿਆ ਕੋਈ ਨਹੀਂ ਦੱਸਾਂ ਮੈਂ ਵੀ ਲੱਭਾ ਬਾਲ ਕਰਨੀ ਪਉਂਦੀ ਹੈ ਥੋੜੀ ਜਿਹੀ ਜੋ ਮੈਨੂੰ ਸਮਝ ਚ ਆਈ ਅੱਗੇ ਮੈਂ ਗੱਲਾਂ ਇਹ ਗੱਲ ਕਦੇ ਨਹੀਂ ਕੀਤੀ ਲੇਕਿਨ ਹੁਣ ਮਜ਼ੀਦ ਜੋ ਥੋੜੀ ਜਿਹੀ ਯਾਦ ਦੀ ਛੋਟੀ ਮੋਟੀ ਅਕਲ ਨਾਲ ਜਿਹੜੀ ਰਿਸਰਚ ਕੀਤੀ ਉਹਦੇ ਜੇ ਸਮਝ ਆਇਆ ਬਈ ਆਏ ਲਾਣਾ ਤੇ ਆਏ ਦੇਣੀ ਰੰਦੀ ਮੁਸਲਮਾਨਾਂ ਦਾ ਉਹ ਅੱਲਾਹ ਤਾਲਾ ਸਮਝ ਦੇਵੇ ਤੇ ਫਜ਼ਲ ਕਰੇ ਤੇ ਇਹ ਸਮਝ ਆ ਜਾ ਇਵੇਂ ਔਰਤਾਂ ਦੇ ਬੜੇ ਲਾਣੇ ਰੰਦੇ ਤੇ ਬਾਕੀ ਹੁਣ ਸਜਣਾ ਬੇਲੀਆਂ ਦੇ ਤੇ ਉਹ ਅਗਾਂ ਰਿਸ਼ਤੇਦਾਰਾਂ ਦੇ ਉਹ ਬਹੁਤ ਸਾਰੇ ਕੂਕੇ ਉਹ ਇਹ ਦੋਵੇਂ ਆਪਾਂ ਸਹੀ ਤਰ੍ਹਾਂ ਪੂਰੇ ਕਰ ਲਈਏ ਅੱਲਾਹ ਬਾਕੀ ਵੀ ਪੂਰੇ ਕਰਨ ਦੀ ਤੌਫੀਕ ਦੇ ਦੇ ਸੁਭਾਨ औरतों के सही तरह लभ लिया सारे खजाने अदा कर दिते जाते दिल ते दिमाग खोल दिते जाते जुतियां तू थुड़क गया मुड़ कई वैसे गुजर जाते वारी नहीं आती समझ नहीं आती बहरहाल अगर किसी को बचपन तो ही वालदैन नसीब नहीं हो सके बदकिस्मती ना तो मुड़ उन्हों किसी सैयदजादे की गुलामी कर लवे तो तवक्को उन्दे तो ना रखे तवक्को नबी पाक सरकार अल्लाह ते अल्लाह दे रसूल तो रखे उन्दा साथ जासी इंशाअल्लाह उन्हां नाल प्यार कर बहुत शुक्रिया राजी रहो अल्लाह ताला दे सपुर्द जी आया नू बहुत शुक्रिया दोबारा गलती गुस्ताखी की माफी ते मैं जड़ियां दो अर्जा आदि पर कीतियां आईयां एक मैनू पीर नहीं समझना एक मैनू पैसे नहीं देवने एक मैनू सलामा सलूमा नहीं करनी ये दो त्राए मेरिया मान लो मेरे सलाम आए वेखो आए बहुत शुक्रिया बड़े राजी रहो।